ਆਹ ਦੇਖੋ ਆਹ ਮੇਰੇ ਕੋਲ ਗ੍ਰੈਜੂਏਸ਼ਨ ਪਹੁੰਚੀ ਆ 24-25 ਦੀ, ਉਹਦੇ ਵਿੱਚ ਆਹ ਕਰਾਟੇ ਐਡ ਹੋਏ ਨੇ, ਠੀਕ ਹੈ ਜੀ। ਇੱਕ ਮਸਲਾ ਆਹ ਤੁਹਾਡਾ ਮੈਂ ਦੂਰ ਕਰਤਾ, ਦੂਜਾ ਜੇ ਗੇਮ ਪੋਲਿਸੀ ਦੇ ਵਿੱਚ ਨਾ ਆਉਂਦੀ ਤਾਂ 2023 ਦੇ ਵਿੱਚ ਡਾਇਰੈਕਟਰ ਪੰਜਾਬ ਖੇਡ ਵਿਭਾਗ ਵੱਲੋਂ ਮੈਨੂੰ 3 ਡਿਪਾਰਟਮੈਂਟ ਦੇ ਵਿੱਚ ਨੌਕਰੀ ਦਾ ਆਫਰ ਦਿੱਤਾ ਗਿਆ ਸੀਗਾ। ਆਹ ਦੇਖੋ ਆਹ 3 ਸਪੋਰਟਸ ਐਂਡ ਸੁਪਰਵਾਈਜ਼ਰ ਐਂਡ ਕੋਚਾਂ ਦੀਆਂ ਭਰਤੀਆਂ ਨਿਕਲੀਆਂ ਸੀਗੀਆਂ। ਆਹ ਸਿਲੈਕਸ਼ਨ ਲੈਟਰ ਮੈਂ ਤਾਂ ਨਹੀਂ ਕਰਿਆ ਜੀ, ਇਸੇ ਸਾਲ ਦਾ ਸਰ, ਤੇ ਇਹਦੇ ਵਿੱਚ 7ਵੇਂ ਨੰਬਰ ਤੇ ਤੁਸੀਂ ਦੇਖ ਸਕਦੇ ਹੋ ਤਰੁਣ ਸ਼ਰਮਾ ਨਾਮ ਹੈ। ਤੇ ਜੇ ਗੇਮ ਪੋਲਿਸੀ ਦੇ ਵਿੱਚ ਨਾ ਆਉਂਦੀ ਹੈ ਜ਼ਰੂਰੀ ਐਡ ਕਰਦੇ, ਤੇ ਉਹ ਤੋਂ ਬਾਅਦ ਮੈਨੂੰ ਆਹ 2023 ਦੇ ਵਿੱਚ ਕੈਸ਼ ਅਵਾਰਡ ਜਿਹੜਾ ਮੈਂ ਖੇਡ ਕਿਹਾ ਸੀ ਏਸ਼ੀਅਨ ਚੈਂਪੀਅਨਸ਼ਿਪ, ਉਹਦੇ ਥਰੂ ਮੈਨੂੰ ਮਿਲਣਾ ਸੀਗਾ ਜਿਹੜਾ ਹੁਣ ਤੱਕ ਨਹੀਂ ਮਿਲਿਆ। ਮੈਂ ਜੇ ਜਾਊਂਗਾ ਹੁਣ ਉਹਨਾਂ ਨੂੰ ਇਹੀ ਪੁੱਛੂੰਗਾ ਕਿ ਦੇਖੋ ਲਿਸਟ ਤਾਂ ਮੈਂ ਨਹੀਂ ਤਿਆਰ ਕਰੀ, ਜਦ ਤੁਹਾਨੂੰ ਪਤਾ ਸੀਗਾ ਕਿ ਗੇਮ ਰਿਕੋਗਨਾਈਜ਼ ਨਹੀਂ ਹੈ, ਫਿਰ ਤੁਸੀਂ ਨਾਮ ਕਿਉਂ ਐਡ ਕਰਿਆ? ਪੰਜਾਬੀ ਸਿੰਗਰ ਕਰਨ ਔਜਲਾ ਔਰ ਤਰੁਣ ਸ਼ਰਮਾ ਪੈਰਾ ਐਥਲੀਟ ਇਸ ਟਾਈਮ ਚਰਚਾ ਦਾ ਵਿਸ਼ਾ ਨੇ, ਔਰ ਹੁਣ NSU ਦੇ ਪ੍ਰਧਾਨ ਇਸ਼ਪ੍ਰੀਤ ਸਿੰਘ ਤੇ ਤਰੁਣ ਇਕੱਠੇ ਆਏ ਨੇ, ਪ੍ਰੈਸ ਕਾਨਫਰੰਸ ਕੀਤੀ ਹੈ ਮੇਰੇ ਨਾਲ ਤਰੁਣ ਸ਼ਰਮਾ ਨੇ। ਮਕਸਦ ਕੀ ਹੈ, ਨੌਕਰੀ ਕਿਉਂ ਨਹੀਂ ਮਿਲ ਪਾ ਰਹੀ ਔਰ ਕੁਝ ਕਾਗਜ਼ ਵੀ ਤਰੁਣ ਦਿਖਾਏ ਗਏ, ਤਰੁਣ ਮਸਲਾ ਕਿੱਥੇ ਅਟਕਿਆ ਹੋਇਆ? ਕਿਆ ਤੁਹਾਡੀ ਗੇਮ ਇਹ ਵੀ ਕਹਿ ਰਹੇ ਕਿ ਰੈਕਗਨਾਈਜ਼ ਨਹੀਂ ਹੈ ਜਾਂ ਤੁਸੀਂ ਖੇਡਦੇ ਹੋ, ਮਸਲਾ ਕਿੱਥੇ ਅਟਕਿਆ? ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ ਸਾਰੀ ਮੀਡੀਆ ਦਾ। ਮਸਲਾ ਇਹ ਹੈ ਜੀ, ਪਹਿਲੇ ਕਹਿੰਦੇ ਸੀਗੇ ਕਿ ਮੇਰੀ ਗੇਮ ਪੰਜਾਬ ਓਲੰਪਿਕ ਦਾ ਪਾਰਟ ਨਹੀਂ ਹੈ। ਆਹ ਦੇਖੋ ਆਹ ਮੇਰੇ ਕੋਲ ਗ੍ਰੈਜੂਏਸ਼ਨ ਪਹੁੰਚੀ ਆ 24-25 ਦੀ, ਉਹਦੇ ਵਿੱਚ ਆਹ ਕਰਾਟੇ ਐਡ ਹੋਏ ਨੇ, ਠੀਕ ਹੈ ਜੀ। ਇੱਕ ਮਸਲਾ ਆਹ ਤੁਹਾਡਾ ਮੈਂ ਦੂਰ ਕਰਤਾ, ਦੂਜਾ ਜੇ ਗੇਮ ਪੋਲਿਸੀ ਦੇ ਵਿੱਚ ਨਾ ਆਉਂਦੀ ਤਾਂ 2023 ਦੇ ਵਿੱਚ ਡਾਇਰੈਕਟਰ ਪੰਜਾਬ ਖੇਡ ਵਿਭਾਗ ਵੱਲੋਂ ਮੈਨੂੰ 3 ਡਿਪਾਰਟਮੈਂਟ ਦੇ ਵਿੱਚ ਨੌਕਰੀ ਦਾ ਆਫਰ ਦਿੱਤਾ ਗਿਆ ਸੀਗਾ। ਆਹ ਦੇਖੋ ਆਹ 3, ਠੀਕ ਹੈ ਜੀ। ਉਹ ਤੋਂ ਬਾਅਦ ਸਪੋਰਟਸ ਐਂਡ ਸੁਪਰਵਾਈਜ਼ਰ ਐਂਡ ਕੋਚਾਂ ਦੀਆਂ ਭਰਤੀਆਂ ਨਿਕਲੀਆਂ ਸੀਗੀਆਂ। ਆਹ ਸਿਲੈਕਸ਼ਨ ਲੈਟਰ ਮੈਂ ਤਾਂ ਨਹੀਂ ਕਰਿਆ ਜੀ, ਇਸੇ ਸਾਲ ਦਾ ਸਰ, ਤੇ ਇਹਦੇ ਵਿੱਚ 7ਵੇਂ ਨੰਬਰ ਤੇ ਤੁਸੀਂ ਦੇਖ ਸਕਦੇ ਹੋ ਤਰੁਣ ਸ਼ਰਮਾ ਨਾਮ ਹੈ। ਤੇ ਜੇ ਗੇਮ ਪੋਲਿਸੀ ਦੇ ਵਿੱਚ ਨਾ ਆਉਂਦੀ ਹੈ ਜ਼ਰੂਰੀ ਐਡ ਕਰਦੇ, ਤੇ ਉਹ ਤੋਂ ਬਾਅਦ ਮੈਨੂੰ ਆਹ 2023 ਦੇ ਵਿੱਚ ਕੈਸ਼ ਅਵਾਰਡ ਜਿਹੜਾ ਮੈਂ ਖੇਡ ਕਿਹਾ ਸੀ ਏਸ਼ੀਅਨ ਚੈਂਪੀਅਨਸ਼ਿਪ, ਉਹਦੇ ਥਰੂ ਮੈਨੂੰ ਮਿਲਣਾ ਸੀਗਾ ਜਿਹੜਾ ਹੁਣ ਤੱਕ ਨਹੀਂ ਮਿਲਿਆ। ਇਹਦੀ ਬਕਾਇਦਾ ਫਾਈਨ ਮੈਂ DSS ਸਾਹਿਬ ਨੂੰ ਦੇ ਕੇ ਆਇਆ, ਐਫੀਡੇਵਿਟ ਨਾਲ ਦੇ ਕੇ ਆਇਆ। ਤੁਸੀਂ ਡਾਇਰੈਕਟਰ ਸਪੋਰਟਸ ਨੂੰ ਪੁੱਛਿਆ ਵੀ ਜਦੋਂ ਐਲੀਜੀਬਲ ਲਿਸਟ ਨੰਬਰ ਸੀਗਾ ਕੈਸ਼ ਅਵਾਰਡ ਦਾ, ਫਿਰ ਦਿੱਤਾ ਕਿਉਂ ਨਹੀਂ? ਮੈਂ ਜੇ ਜਾਊਂਗਾ ਹੁਣ ਉਹਨਾਂ ਨੂੰ ਇਹੀ ਪੁੱਛੂੰਗਾ ਕਿ ਦੇਖੋ ਲਿਸਟ ਤਾਂ ਮੈਂ ਨਹੀਂ ਤਿਆਰ ਕਰੀ, ਜਦ ਤੁਹਾਨੂੰ ਪਤਾ ਸੀਗਾ ਕਿ ਗੇਮ ਰਿਕੋਗਨਾਈਜ਼ ਨਹੀਂ ਹੈ, ਫਿਰ ਤੁਸੀਂ ਨਾਮ ਕਿਉਂ ਐਡ ਕਰਿਆ? ਫਿਰ ਇਹ ਤਾਂ ਕਿਤੇ ਨਾ ਕਿਤੇ ਵਿਤਰਾ ਹੀ ਹੋ ਰਿਹਾ ਮੈਨੂੰ। ਇਸ਼ਪ੍ਰੀਤ, ਜਿਹੜੇ ਡਾਕੂਮੈਂਟ ਤੁਸੀਂ ਲੈ ਕੇ ਆਏ ਹੋ, ਕਿਉਂਕਿ ਡਾਇਰੈਕਟਰ ਸਪੋਰਟਸ ਨੇ ਪੰਜਾਬ ਨੇ ਐਲੀਜੀਬਲ ਲਿਸਟ ਸਭ ਕੁਝ ਹੈ, ਹੁਣ ਨੈਕਸਟ ਸਟੈਪ ਕੀ ਹੈ? ਬਾਈ ਜੀ, ਨੈਕਸਟ ਸਟੈਪ ਤਾਂ ਪਹਿਲਾਂ ਤਾਂ ਬੇਨਤੀ ਹੈ, ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਹੈ ਤੇ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਹੈ। ਇਹ ਇਕੱਲਾ ਈਸ਼ਰ ਦਾ ਬੰਦਾ ਨਹੀਂ ਹੈ, ਪੂਰੇ ਭਾਰਤ ਦੇਸ਼ ਨੂੰ ਰਿਪ੍ਰੈਜੈਂਟ ਕਰਦਾ। ਜਦ ਇਹਦਾ ਕੋਈ ਧਰਮ ਨਹੀਂ, ਕੋਈ ਜਾਤੀ ਨਹੀਂ, ਇਹਦਾ ਕੋਈ ਮਜ਼ਹਬ ਨਹੀਂ, ਭਾਰਤ ਆ, ਇਹ ਇੰਡੀਆ ਨੂੰ ਰਿਪ੍ਰੈਜੈਂਟ ਕਰਦਾ। ਅਜੇ USA ਦੇ ਵਿੱਚ ਇੰਡੀਆ ਦਾ ਮੈਡਲ ਜਿੱਤ ਕੇ ਲੈ ਕੇ ਆਇਆ। ਮੇਰਾ ਸਿਰਫ ਇੱਕ ਗੱਲ ਦਾ ਬੇਨਤੀ ਹੈ ਕਿ ਸਾਹਿਬ, ਇਹ ਪੰਜਾਬ ਦੇ ਵਿੱਚ ਸਾਡਾ ਗਰਵ ਆ, ਅਸੀਂ ਪੂਰਾ ਦੁਨੀਆ ਦੇ ਜਿੱਤੀ ਬੈਠੇ ਹਾਂ, ਪਰ ਅਸੀਂ ਪੰਜਾਬ ਚ ਆ ਕੇ ਹਾਰ ਜਾਂਦੇ ਹਾਂ। ਅਜੇ ਉਹੀ ਗੱਲ ਹੋ ਰਹੀ ਹੈ ਕਿ ਪੰਜਾਬ ਚ ਆ ਕੇ ਹਾਰ ਗਿਆ। ਮੇਰੀ ਸਿਰਫ ਇੱਕ ਬੇਨਤੀ ਹੈ ਕਿ ਸਾਹਿਬ, ਜਦੋਂ ਇਹਦਾ ਨਾਮ ਆਪਾਂ ਲਿਸਟ ਪਾਤਾ, ਜਦੋਂ ਆਪਾਂ ਇਹਨੂੰ ਕਹਿ ਤਾ ਕਿ ਬਾਈ ਤੈਨੂੰ ਨੌਕਰੀ ਦੇਣੀ ਹੈ, ਇਹਦੇ ਘਰ ਦੇ ਵੀ ਖੁਸ਼ ਹੋ ਗਏ, ਇਹ ਵੀ ਖੁਸ਼ ਹੋ ਗਿਆ, ਇੱਕ ਆਸ ਤੇ ਉਮੀਦ ਬੱਝਤੀ ਆਪਾਂ ਕਿ ਯਾਰ ਤਰੁਣ ਤੂੰ ਬੱਲੇ ਤੇਰੇ ਹੱਲਾ ਸ਼ੇਰੀ ਹੈ ਕਿ ਤੈਨੂੰ ਨੌਕਰੀ ਦੇਣੀ ਹੈ। ਬਾਅਦ ਚ ਜਦੋਂ ਤੁਸੀਂ ਉਹਦਾ ਲਿਸਟ ਨਾਮ ਹੀ ਨਹੀਂ ਪਾਉਂਦੇ ਤਾਂ ਸਾਹਿਬ ਇਹਦੇ ਦਿਲ ਤੇ ਕੀ ਬੀਤੀ ਹੋਊਗੀ? ਪਹਿਲਾਂ ਡਿਸੇਬਲ ਆ, ਠੀਕ ਹੈ, ਉਸ ਤੋਂ ਬਾਅਦ ਹੋਰ ਪ੍ਰੈਸ਼ਰ, ਲੋਕਾਂ ਦਾ ਪ੍ਰੈਸ਼ਰ ਕੀ ਗੱਲ ਸੁਣੋ ਯਾਰ, ਤੈਨੂੰ ਕੀ ਨੌਕਰੀ ਨਹੀਂ ਮਿਲੀ, ਆਹੀ ਬਸ ਆਹੀ ਹੈ ਤੇਰਾ ਕਿਸਮਤ। ਤੁਹਾਡੇ ਰਾਜ ਵੀ ਸੇਮ ਇਹੀ ਹਾਲਾ ਸੀਗਾ, ਹੁਣ ਚਲੋ ਇਹ ਸਰਕਾਰ ਨੇ ਤੁਸੀਂ ਐਲੀਗੇਸ਼ਨ ਲਾ ਰਹੇ ਹੋ, ਤੁਸੀਂ ਆਪਣੀ ਸਰਕਾਰ ਨੂੰ ਕੰਮਾਂ ਵੀ ਦੱਸਤਾ, ਤਾਂ ਫਿਰ ਪਲੇਅਰ ਤਾਂ ਸਫਰ ਕਰ ਰਿਹਾ, ਕਿ ਹਾਈਕੋਰਟ ਜਾਓਗੇ, ਧਰਨੇ ਨਾਲ ਸੋਲੂਸ਼ਨ ਹੋਜੇਗਾ? ਮੇਰਾ ਫਾਦਰ ਮੁੱਖ ਮੰਤਰੀ ਸੀਗਾ, ਤੁਹਾਡੀ ਸਰਕਾਰ ਤੁਸੀਂ ਪੁੱਛ ਦਿਓ, ਮੇਰਾ ਫਾਦਰ ਮੁੱਖ ਮੰਤਰੀ ਸੀ, ਮੇਰਾ ਫਾਦਰ ਮੰਤਰੀ ਸੀਗਾ, ਮੇਰਾ ਫਾਦਰ ਕਿਸਾਨ ਆ, ਮੇਰੀ ਮੈਨੂੰ 1 ਸਾਲ 9 ਮਹੀਨੇ ਹੋਏ ਪ੍ਰਧਾਨ ਬਣੇ ਨੂੰ,
ਇੱਕ ਸਾਲ 9 ਮਹੀਨੇ 'ਚ ਮੈਂ ਸੜਕਾਂ ਜਾਮ ਕਰ ਰੱਖੀਆਂ, ਇਹਨਾਂ ਪਿੱਛੇ ਡੰਡੇ ਖਾਏ ਨੇ। ਜੇ ਮੁੱਖ ਮੰਤਰੀ ਉਹਦਾ ਨਿਕੰਮਾ ਸੀਗਾ, ਮੈਂ ਠੋਕ ਕੇ ਕਹਿੰਦਾ ਕਿ ਜਿਹਨੇ ਕਰਿਆ ਨੀ, ਇਹੋ ਜਿਹੇ ਨੌਜਵਾਨਾਂ ਨੂੰ ਤਾਂ ਚੱਕਣਾ ਚਾਹੀਦਾ ਯਾਰ। ਤੁਸੀਂ ਨਹੀਂ, ਮੇਰੀ ਰਾਜ 'ਚ ਤੁਸੀਂ ਕਹਿੰਦੇ ਹੋ, ਮੈਂ ਤਾਂ ਹੁਣ ਜੇ NSU ਦਾ ਪ੍ਰਧਾਨ ਹੁਣ ਬਣਿਆ, ਮੈਨੂੰ ਦੱਸ ਦੋ ਜੇ ਮੈਂ ਰਾਜ ਦਾ ਕੋਈ ਮੈਂ ਸੱਤਾ ਹੰਡਾਈ ਹੋਵੇ। ਹੁਣ ਜੇ ਪਰਮਾਤਮਾ ਕਿਰਪਾ ਕਰੂਗਾ ਤਾਂ ਜਿੱਦਾਂ ਉਹ ਆਪਣਾ IPS ਸਾਹਿਬ ਨੇ ਨਾ, ਜਿਹੜੇ ਆਮ ਪਾਰਟੀ ਦੇ ਵਿੱਚ ਹੀ ਬਹਿ ਕੇ ਜਿਹੜੇ ਬਾਤ ਚੱਕ ਰਹੇ ਨੇ, ਕੁੰਵਰ ਵਿਜੇ ਪ੍ਰਤਾਪ, ਸਾਡਾ ਹਾਲ ਫਿਰ ਉਹੋ ਜਿਹਾ ਹੋਣਾ ਜੇ ਸਾਡੀ ਪਾਰਟੀ ਨਹੀਂ ਗੱਲ ਸੁਣੂਗੀ। ਸਭ ਹੀ ਸਾਡੇ ਰੋਲ ਮਾਡਲ ਨੇ। ਮੈਂ ਹੁਣ ਅਲਟੀਮੇਟਮ ਦੇਣਾ ਨਹੀਂ ਚਾਹੁੰਦਾ ਸੀਗਾ, ਪਰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਯਾਰ 8-9 ਦਿਨ ਬਾਅਦ ਸਭ ਅਸੀਂ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਬਾਹਰ ਬੈਠੂਗੇ, ਦੋਨੇ ਜਣੇ, ਬਸ ਦੋਨੇ ਜਣੇ ਜਾ ਕੇ ਘਰ ਦੇ ਬਾਹਰ ਬੈਠ ਕੇ ਹੱਥ ਜੋੜ ਕੇ ਬੇਨਤੀ ਕਰੂੰਗੇ ਕਿ ਸਾਹਿਬ ਇਹਨਾਂ ਨੂੰ ਪ੍ਰਮੋਟ ਕਰੋ, ਇਹਨਾਂ ਨੇ ਨਸ਼ੇ ਛਡਾਉਣੇ ਆ। ਇਹਨਾਂ ਵੱਲ ਦੇਖ ਕੇ ਲੋਕੀ ਕਹਿਣਗੇ, ਬੱਚੇ ਜਿਹੜੇ ਛੋਟੇ ਨੇ, ਕਿ ਯਾਰ ਉਹ ਤਰੁਣ ਖੇਡਦਾ ਸੀ, ਤਰੁਣ ਵਰਗਾ ਬਣਨਾ। ਤਰੁਣ ਹੀ ਇੱਥੇ ਰੋਈ ਜਾਊਗਾ, ਲਿਲਕੜੀਆਂ ਕੱਢੀ ਜਾਊਗਾ, ਕਿਹੜਾ ਕਹੂਗਾ ਤਰੁਣ? ਮਾਵਾਂ ਕਹਿਣਗੀਆਂ ਤੂੰ ਭਰਾਵਾ ਕਰੇਗੀ ਬਹਿ ਯਾਰ, ਛੱਡ ਤੂੰ, ਇੱਧਰ ਜੰਗਾ ਤਾਂ ਗੈਂਗਸਟਰ ਬਣ ਜਾਓ ਪੰਜਾਬ 'ਚ, ਲਾਲਾ ਲਾਲਾ ਹੋ ਜਾਂਦੀ। ਇੱਕ ਫੋਨ ਕਰੋ ਤੁਸੀਂ ਕਿਸੇ ਨੂੰ, ਲੇਕਿਨ ਹਾਈਕੋਰਟ ਜਾਓ ਬਾਈ। ਹਾਈਕੋਰਟ ਤਾਂ ਜਾਵਾਂਗੇ ਜਦੋਂ ਇੱਕ ਵਾਰੀ ਸਾਰਿਆਂ ਦੇ ਦਰਵਾਜ਼ੇ ਖੜਕਾ ਲਈਏ। ਹਾਈਕੋਰਟ ਜਾਂਦੇ ਹਾਂ, ਮਾਮਲਾ ਸਬ ਜੁਡੀਸ਼ੀਅਲ ਹੋ ਜਾਂਦਾ, ਇਹ ਕਹਿੰਦੇ ਜੀ ਮਾਮਲਾ ਤਾਂ ਸਬ ਜੁਡੀਸ਼ੀਅਲ ਆ, ਉਸ ਤੋਂ ਬਾਅਦ ਅਸੀਂ ਕੀ ਕਰੀਏ ਫਿਰ ਇਹਨਾਂ ਦਾ? ਫਿਰ ਤੁਸੀਂ ਵੀ ਕਹਿੰਦੇ ਹੋ ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਤੁਹਾਡਾ ਰਾਜ ਸੀਗਾ, ਜਿੱਦਾਂ ਮੈਂ ਮੁੱਖ ਮੰਤਰੀ ਦਾ ਮੁੰਡਾ ਹੁੰਦਾ ਅਮਰਿੰਦਰ ਸਿੰਘ, ਮੈਨੂੰ ਕਾਂਗਰਸ ਨਹੀਂ, ਸਭ ਕਾਂਗਰਸ ਸੀਗੀ। ਪਲੇਅਰ ਸਫ਼ਰ ਦੇਖੋ, ਦੋਨੋਂ ਜੇ ਗੱਲ ਕਰੀਏ, ਪੁਰਾਣਾ ਵੀ ਹੁਣ ਮਸਲਾ ਪੁਰਾਣਾ ਸੀਗਾ, ਤਾਂ ਕਰਕੇ ਮੈਂ ਕਿਹਾ ਨਾ ਬੰਦੇ ਬੰਦੇ ਤੇ ਡਿਪੈਂਡ ਹੁੰਦਾ, ਕਿਉਂਕਿ ਪਾਲਿਸੀ ਦੇਖੋ, ਗੱਲ ਕੀ ਹੈ ਵੀ ਪਾਲਿਸੀ ਉਸ ਟਾਈਮ ਵੀ ਸੀਗੀ, ਪਾਲਿਸੀ ਅੱਜ ਵੀ, ਸਪੋਰਟਸ ਪਾਲਿਸੀ ਉਸ ਟਾਈਮ ਵੀ ਬਣੀ ਸੀ। ਮੇਰੀ ਗੱਲ ਤਾਂ ਸੁਣੋ, ਮੈਂ ਤਾਂ ਨਿਕੰਮਾ ਹੀ ਕਹਿ ਤੇ, ਉਹ ਇਸ ਤੋਂ ਵੱਡਾ ਕੀ ਕਮਾ ਆਪਣੀ ਪਾਰਟੀ ਨੂੰ ਆਪ ਹੀ ਨਹੀਂ ਦਿੱਤਾ, ਇਸ ਤੋਂ ਵੱਡਾ ਤਾਂ ਨਹੀਂ ਕੋਈ ਕਹਿ ਸਕਦਾ। ਲੈ ਆਮ ਪਾਰਟੀ ਦਾ ਕੋਈ ਨਿੰਦਕੇ ਦਿਖਾਵੇ, ਠੀਕ ਹੈ? ਇਸ ਲਈ ਮੈਂ ਬੇਨਤੀ ਕਰਦਾ ਸਾਹਿਬ, ਇਹਨਾਂ ਦਾ ਗੋਲਡਨ ਏਜ ਪੀਰੀਅਡ ਹੁੰਦਾ, ਜਿਹਨਾਂ ਨੇ ਇਹਨਾਂ ਵੱਲ ਦੇਖਣਾ ਉਹਨਾਂ ਦਾ ਵੀ ਗੋਲਡਨ ਪੇਜ 18 ਤੋਂ ਲੈ ਕੇ 30 ਸਾਲ ਦੀ ਉਮਰ ਤੱਕ। ਇਹ ਸ਼ੇਪ ਹੁੰਦੀ ਆ, ਸਾਡਾ ਮਾਇੰਡ ਵੀ ਸ਼ੇਪ ਹੁੰਦਾ, ਇਹ ਵੀ ਸ਼ੇਪ ਹੁੰਦੇ ਨੇ। ਤਾਂ ਸਾਨੂੰ ਬੇਨਤੀ ਹੈ ਕਿ ਇਹਨਾਂ ਨੂੰ ਰੋਲ ਮਾਡਲ ਬਣਾਓ, ਸਿਆਸਤ ਚੋਂ ਕੱਢ ਕੇ ਇਹਨਾਂ ਨੂੰ ਹੁਣ ਨੌਕਰੀ ਦੇ ਦਿਓ। ਸਾਡੀ ਸਰਕਾਰ ਤਾਂ ਹੀ ਬਾਹਰ ਹੋ ਗਈ, ਹੁਣ ਤੁਸੀਂ ਆਪਣੀ ਸਰਕਾਰ ਤੋਂ ਨੌਕਰੀ ਦਿਵਾ, ਆਮ ਪਾਰਟੀ ਸਰਕਾਰ ਤੋਂ ਨੌਕਰੀ ਦਿਵਾ। ਇੱਕ ਲਾਸਟ ਸਵਾਲ ਹੈ ਤਰੁਣ, ਔਜਲਾ ਨੇ ਪੈਸੇ ਦਿੱਤੇ, ਕਰਜ਼ਾ ਦਿੱਤਾ, ਉਸ ਤੋਂ ਬਾਅਦ ਕੋਈ ਗੱਲਬਾਤ ਹੋਈ? ਉਹਨਾਂ ਦਾ ਫੋਨ ਆਇਆ ਸੀ, ਮੈਂ ਉਹਨਾਂ ਨੂੰ ਵੀਡੀਓ ਰਾਹੀਂ ਇੰਸਟਾਗ੍ਰਾਮ 'ਤੇ ਇੱਕ ਮੈਸੇਜ ਦਿੱਤਾ ਸਾਰੇ ਲੋਕਾਂ ਨੂੰ, ਅਤੇ ਉਹਨਾਂ ਬਾਰੇ ਦੱਸਿਆ, ਅਤੇ ਔਜਲਾ ਬਾਈ ਦਾ ਮੈਂ ਦੇਣਾ ਨਹੀਂ ਦੇ ਸਕਦਾ, ਮੇਰੇ ਸਿਰ ਤੋਂ ਛੱਤ ਜਾ ਰਹੀ ਸੀ, ਉਹ ਉਹਨਾਂ ਨੇ ਬਚਾ ਦਿੱਤੀ। ਉਸ ਤੋਂ ਬਾਅਦ ਕੋਈ ਗੱਲ ਨਹੀਂ? ਜੋ ਨਹੀਂ, ਉਸ ਤੋਂ ਬਾਅਦ ਕੋਈ ਗੱਲ ਨਹੀਂ। ਜੋ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ, ਅੱਜ ਮੇਰੇ ਪੰਜਾਬ ਦੇ ਭਰਾਵਾਂ ਨੇ ਕਰੇ। ਕੀ ਕਿਹਾ ਸੀ ਔਜਲਾ ਨੇ? ਉਹਨਾਂ ਨੇ ਇਹ ਕਿਹਾ ਸੀ, ਜਦ ਮੇਰੇ ਕੋਲ ਫੰਡ 3 ਲੱਖ ਰੁਪਏ ਇਕੱਠਾ ਹੋ ਗਿਆ ਸੀਗਾ, ਮੈਨੂੰ ਫੋਨ ਆਇਆ ਕਿ ਕਿੰਨਾ ਫੰਡ ਇਕੱਠਾ ਹੋ ਗਿਆ, ਤਾਂ ਮੈਂ ਉਹਨਾਂ ਨੂੰ ਦੱਸਿਆ ਕਿ 3 ਲੱਖ ਦਾ ਫੰਡ ਮੇਰਾ ਇਕੱਠਾ ਹੋ ਗਿਆ, ਅਤੇ ਉਹ ਕਹਿੰਦੇ ਹੁਣ ਕਿਤੇ ਤਾਂ ਮੰਗਣ ਦੀ ਲੋੜ ਨਹੀਂ, ਜਿੰਨਾ ਰਹਿ ਗਿਆ ਉਹ ਮੈਂ ਪੇ ਕਰੂੰਗਾ, ਅਤੇ ਉਹ ਬੰਦੇ ਦੀ ਪਿੱਠ ਲੱਗਦੀ ਆ। ਅਗਲੇ ਦਿਨ ਮੇਰੇ ਅਕਾਊਂਟ 9 ਲੱਖ ਰੁਪਏ ਆ ਗਿਆ, ਇਹ ਮੇਰਾ ਘਰ ਚੁੱਕ ਗਿਆ ਆਪਣੇ ਆਪ ਅਕਾਊਂਟ 'ਚ। ਹਾਂਜੀ, ਇੱਦਾਂ ਅਕਾਊਂਟ ਤੁਸੀਂ ਅਕਾਊਂਟ ਡਿਟੇਲ ਦਿੱਤੀ? ਹਾਂਜੀ, ਉਹਨਾਂ ਨੂੰ ਬੈਂਕ ਦੀ ਸਟੇਟਮੈਂਟ ਦਿੱਤੀ ਅਤੇ ਅਕਾਊਂਟ ਦੀ ਡਿਟੇਲ ਦਿੱਤੀ, ਇਹ ਮੇਰੇ ਅਕਾਊਂਟ 'ਚ ਆ। ਬਹੁਤ ਬਹੁਤ ਸ਼ੁਕਰੀਆ। ਤਾਂ ਇਹ ਸੀਗਾ ਤਰੁਣ ਸ਼ਰਮਾ ਅਤੇ ਨਾਲ ਇਸ਼ਪ੍ਰੀਤ ਸਿੰਘ, NSU ਦੇ ਪ੍ਰਧਾਨ। ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ, ਔਰ ਇਹ ਵੀ ਕਿਹਾ ਕਿ 8-10 ਦਿਨ ਦੇ ਅੰਦਰ ਮਾਨ ਸਰਕਾਰ ਨੂੰ ਬੇਨਤੀ ਹੈ ਕਿ ਨੌਕਰੀ ਦਿੱਤੀ ਜਾਵੇ, ਨਹੀਂ ਤਾਂ ਦੋਨੋਂ CM ਦੇ ਘਰ ਦੇ ਅੱਗੇ ਧਰਨਾ ਲਾਵਾਂਗੇ। ਵੀਡੀਓ ਜਰਨਲਿਸਟ ਸਨੀ ਸਿੱਧੂ ਨਾਲ ਉਮੇਸ਼ ਸ਼ਰਮਾ, ਨਿਊਜ਼ 18, ਚੰਡੀਗੜ੍ਹ।